ਸਟੂਡੈਂਟਸ ਵੈਲਕਮ ਅਗੇਨ ਜਿਵੇਂ ਕਿ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਅਸੀਂ ਪੜਿਆ ਕਿ ਜਿਹੜੀ ਹੈਰਿਡਿਟੀ ਹੈ ਉਹ ਬੱਚੇ ਨੂੰ ਕਿਸ ਤਰੀਕੇ ਨਾਲ ਇਫੈਕਟ ਕਰਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟਾਪਿਕ ਹੈ ਵਾਤਾਵਰਣ এনवायरमेंट ਕਿਸ ਤਰੀਕੇ ਨਾਲ ਇਫੈਕਟ ਕਰਦਾ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ এনवायरमेंट ਕੀ ਹੁੰਦਾ ਐਨਵਾਇਰਨਮੈਂਟ ਮੀਨਸ ਜੋ ਸਾਡਾ ਆਲੇ ਦੁਆਲੇ ਜਿੱਥੇ ਅਸੀਂ ਰਹਿ ਰਹੇ ਹਾਂ ਉਹਦੇ ਆਲੇ ਦੁਆਲੇ ਜੋ ਕੁਝ ਵੀ ਅਸੀਂ ਚੰਗਾ ਦੇਖਦੇ ਹਾਂ ਮਾੜਾ ਦੇਖਦੇ ਹਾਂ ਸਾਡੇ ਅਕੋਰਡਿੰਗ ਸੂਟੇਬਲ ਹੈ ਨਹੀਂ ਹੈ ਉਹ ਸਾਰੇ ਸਾਡੇ এনवायरमेंट ਦੇ ਵਿੱਚ ਹੀ ਆਉਂਦੀਆਂ ਨੇ ਹੁਣ ਅਸੀਂ ਕਰਾਂਗੇ ਦੀਆਂ ਕੁਝ ਡੈਫੀਨੇਸ਼ਨ ਜਿਹੜਾ ਕਿਸੇ ਵਸਤੂ ਨੂੰ ਚਾਰੇ ਪਾਸਿਓਂ ਘੇਰ ਕੇ ਰੱਖਦਾ ਹੈ ਉਸ ਉੱਤੇ ਪ੍ਰਭਾਵ ਪਾਉਂਦਾ ਹੈ ਉਹ ਉਸ ਦਾ ਵਾਤਾਵਰਣ ਹੁੰਦਾ ਹੈ ਅਕੋਰਡਿੰਗ ਟੂ ਜਿਸ ਵਰਡ ਵੀ ਮੀਨਸ ਉਹ ਇਸ ਤਰ੍ਹਾਂ ਦੀ ਥਾਂ ਜਿਹੜੀ ਕਿ ਇੱਕ ਵਿਅਕਤੀ ਨੂੰ ਆਲੇ-ਦਾਲੋਂ ਘੇਰ ਕੇ ਰੱਖਦੀ ਹੈ ਮੀਨਜ਼ ਜਿੱਥੇ ਅਸੀਂ ਦੇਖੋ ਰਹਿ ਰਹੇ ਹਾਂ ਉਹ ਸਾਡੇ ਘਰ ਦਾ এনवायरमेंट ਹੋ ਗਿਆ ਅਸੀਂ ਸੋਸਾਇਟੀ ਦੇ ਵਿੱਚ ਜਾਨਦੇ ਹਾਂ ਜਿੰਨੇ ਜ਼ਿਆਦਾ ਸਾਡੀ ਸੋਸਾਇਟੀ ਵਾਈਡਰ ਹੈ ਉਹ ਸਾਡੀ ਸੋਸਾਇਟੀ ਦਾ এনवायरमेंट ਹੋ ਗਿਆ ਨੈਕਸਟ ਹੈ ਵੁੱਡਵਰਥ ਤੇ ਮਰਵਿਚਸ ਦੇ ਅਕੋਰਡਿੰਗ ਵਾਤਾਵਰਣ ਵਿੱਚ ਉਹ ਸਾਰੇ ਕਾਰਕ ਆਉਂਦੇ ਨੇ ਜਿਨ੍ਹਾਂ ਨੇ ਵਿਅਕਤੀ ਦੇ ਜੀਵਨ ਆਰੰਭ ਕਰਨ ਸਮੇਂ ਪ੍ਰਭਾਵਿਤ ਹੁੰਕਿੱਤਾ ਹੁੰਦਾ ਹੈ ਮੀਨ ਜਿਹੜਾ ਵਾਤਾਵਰਣ ਹੈ ਜਦੋਂ ਤੋਂ ਬੱਚਾ ਪੈਦਾ ਹੁੰਦਾ ਉਦੋਂ ਤੋਂ ਉਹਨੂੰ ਇਫੈਕਟ ਕਰਨਾ ਸ਼ੁਰੂ ਕਰ ਦਿੰਦਾ ਹੈ ਨੈਕਸਟ ਹੈ ਵਾਤਾਵਰਣ ਦੀਆਂ ਕਿਸਮਾਂ ਟਾਈਪਸ ਆਫ এনवायरमेंट ਦੋ ਤਰ੍ਹਾਂ ਦੀਆਂ ਨੇ ਇੱਕ ਇੰਟਰਨਲ ਤੇ ਇੱਕ ਐਕਸਟਰਨਲ ਇੰਟਰਨਲ ਵਿਅਕਤੀ ਦਾ ਵਿਅਕਤੀਤਵ ਅਤੇ ਮਨੋਵਿਗਿਆਨਿਕ ਵਾਤਾਵਰਣ ਮੀਨਸ ਇੱਕ ਵਿਅਕਤੀ ਆਪਣੇ ਆਪ ਬਾਰੇ ਕੀ ਸੋਚਦਾ ਹੈ ਇੰਟਰਨਲ ਠੀਕ ਹੁਣ ਉਸੇ ਕਹਿੰਦੇ ਆ ਇੰਟਰਨਲ এনवायरमेंट ਆਪਣੇ ਬਾਰੇ ਜੋ ਤੁਸੀਂ ਪੋਜ਼ਿਟਿਵ ਸੋਚ ਰਹੇ ਹੋ ਤਾਂ ਤੁਸੀਂ ਪੋਜ਼ਿਟਿਵ এনवायरमेंट ਦੇ ਵਿੱਚ ਹੋ ਰਹੇ ਹੋ 네ਗੇਟਿਵ ਸੋਚ ਰਹੇ ਹੋ ਤਾਂ 네ਗੇਟਿਵ এনवायरमेंट ਹੈ ਨੈਕਸਟ ਹੈ ਬਾਹਰਲਾ ਮੀਨਸ ਐਕਸਟਰਨਲ এনवायरमेंट ਹੁਣ ਇਹ ਪਰਿਵਾਰਕ ਸਥਿਤੀ ਆ ਗਈ ਪਰਿਵਾਰ ਦਾ ਵਾਤਾਵਰਣ ਆ ਗਿਆ ਪਰਿਵਾਰਕ ਰਿਸ਼ਤੇ ਮਨ ਜੀਵਨ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਨੇ ਖਾਣਾ ਪੀਣਾ ਸਾਡੇ ਰੀਤੀ ਰਿਵਾਜ ਅਸੀਂ ਜਿਸ ਤਰ੍ਹਾਂ ਸੋਸਾਇਟੀ ਦੇ ਵਿੱਚ ਰਹਿ ਰਹੇ ਹਾਂ ਉਹਦੇ ਵਿੱਚ ਕਿਸ ਤਰ੍ਹਾਂ ਦੇ ਰਿਚੂਅਲਸ ਨੇ ਸਾਡਾ ਜਿਹੜਾ ਸਮਾਜਿਕ ਸਭਿਆਚਾਰਕ ਜੀਵਨ ਹੈ ਇਹਦੇ ਸਾਰੇ ਹੀ ਜਿਹੜੇ ਐਸਪੈਕਟਸ ਨੇ ਉਹ ਐਕਸਟਰਨਲ এনवायरमेंट ਦੇ ਵਿੱਚ ਆਉਂਦੇ ਨੇ ਹੁਣ ਅਸੀਂ ਗੱਲ ਕਰਾਂਗੇ ਕਿ ਜਿਹੜਾ ਬੱਚਾ ਹੈ ਉਹਦੇ ਉੱਪਰ ਵਾਤਾਵਰਣ ਦਾ ਜਿਹੜਾ ਇਫੈਕਟ ਹੈ ਉਹ ਕਿਵੇਂ ਪੈਂਦਾ ਹੈ ਸਭ ਤੋਂ ਪਹਿਲੀ ਗੱਲ ਪ੍ਰਜਾਤੀ ਦੇ ਵਧੀਆपन ਉੱਤੇ ਪ੍ਰਭਾਵ ਮੀਨ ਜਿਹੜੀ ਕੋਈ ਪ੍ਰਜਾਤੀ ਮੀਨਸ ਵਧੀਆ ਜਿਹਦਾ ਇੰਟੈਲੈਕਚੁਅਲ ਲੈਵਲ ਵਧੀਆ ਤਾਂ ਅਸੀਂ ਉਹਨੂੰ ਸੁਪੀਰੀਅਰ ਕਾ ਤਾਂ ਇਹ ਵਾਤਾਵਰਣ ਦੇ ਉੱਪਰ ਡਿਪੈਂਡ ਕਰਦਾ ਹੈ ਮੀਨ ਜਿਸ ਤਰ੍ਹਾਂ ਨੇ ਅਸੀਂ ਫੈਸਿਲਿਟੀਆਂ ਬੱਚੇ ਨੂੰ ਪ੍ਰੋਵਾਈਡ ਕਰਾਂਗੇ ਜਿਸ ਤਰ੍ਹਾਂ ਦਾ ਮਾਹੌਲ ਅਸੀਂ ਉਹਨੂੰ ਦੇਵਾਂਗੇ ਤਾਂ ਉਹਦੇ ਅਕੋਰਡਿੰਗ ਜਿਹੜਾ ਬੱਚੇ ਦਾ ਇੰਟੈਲੈਕਚੁਅਲ ਲੈਵਲ ਉਹ ਹਾਈ ਹੋਏਗਾ ਨੈਕਸਟ ਹੈ ਮਾਨਸਿਕ ਵਿਕਾਸ ਉੱਤੇ ਪ੍ਰਭਾਵ ਹੁਣ ਜਿੰਨੇ ਵੀ ਕੁਝ ਸਾਈਕੋਲੋਜਿਸਟ ਨੇ ਉਹਨਾਂ ਦੇ ਵਿੱਚੋਂ ਕੁਝ ਨੇ ਇਹ ਕਿਹਾ ਕਿ ਜਿਹੜਾ ਠਕਵਾ ਸਮਾਜਿਕ ਤੇ ਸਭਿਆਚਾਰਕ ਵਾਤਾਵਰਣ ਹੈ ਜਦੋਂ ਬੱਚੇ ਨੂੰ ਉਹ ਮਿਲਦਾ ਹੈ ਤਾਂ ਉਹਦੀ ਜਿਹੜੀ ਮੈਂਟਲ ਡਵੈਲਪਮੈਂਟ ਆ ਉਹ ਵੀ ਹੁੰਦੀ ਹੈ ਬਟ ਜੇਕਰ ਇਹ ਚੀਜ਼ਾਂ ਅਵੇਲੇਬਲ ਨਹੀਂ ਹੋਣਗੀਆਂ ਤਾਂ ਜਿਹੜਾ ਮਾਨਸਿਕ ਵਿਕਾਸ ਆ ਉਦੀ ਜਿਹੜੀ ਸਪੀਡ ਆ ਉਹ ਹੌਲੀ ਹੋ ਸਕਦੀ ਹੈ। ਸਰੀਰਕ ਅੰਤਰ ਉੱਤੇ ਪ੍ਰਭਾਵ ਵੱਖ-ਵੱਖ ਜਿਹੜੀਆਂ ਪ੍ਰਜਾਤੀਆਂ ਨੇ ਉਹਨਾਂ ਦੇ ਸਰੀਰਕ ਫਰਕ ਦਾ ਕਾਰਨ ਵੰਸ਼ ਨਾ ਹੋ ਕੇ ਵਾਤਾਵਰਣ ਵੀ ਹੁੰਦਾ ਹੈ। ਹੁਣ ਜੇ ਸਾਨੂੰ ਖਾਣ ਪੀਣ ਨੂੰ ਵਧੀਆ ਮਿਲ ਰਿਹਾ ਤਾਂ ਆਟੋਮੈਟਿਕਲੀ ਸਾਡੇ ਜਿਹੜੇ ਫਿਜ਼ੀਕਲ ਡਵੈਲਪਮੈਂਟ ਆ ਉਹ ਵਧੀਆ ਹੋਏਗੀ। ਤਾਂ ਫਿਰ ਪੇਰੈਂਟਸ ਦੀ ਹਾਈਟ ਘੱਟ ਆ ਵਾਧਾ ਉਹਦੇ ਤੇ ਡਿਪੈਂਡ ਨਹੀਂ ਹੋਏਗਾ। ਨੈਕਸਟ ਹੈ ਬੱਚੇ ਉੱਤੇ ਬਹੁਮੁਖੀ ਪ੍ਰਭਾਵ। ਬਹੁਮੁਖੀ ਮੀਨਸ ਸਾਰੇ ਪਾਸਿਆਂ ਤੋਂ ਵਾਤਾਵਰਣ ਬੱਚੇ ਦੇ ਸਰੀਰਿਕ ਮਾਨਸਿਕ ਸਮਾਜਿਕ ਸਮਵੇਗਾਤਮਕ ਮੀਨ ਸਾਰੇ ਹੀ ਪੱਖਾਂ ਦੇ ਉੱਪਰ ਪ੍ਰਭਾਵ ਪਾਉਂਦਾ ਹੈ ਨੈਕਸਟ ਹੈ ਸਖਸ਼ੀਅਤ ਉੱਤੇ ਪ੍ਰਭਾਵ ਹੁਣ ਜਿਹੜਾ ਸਾਈਕੋਲੋਜੀਸਟ ਸਕੂਲ ਹੈ ਇਹਨੇ ਕਿਹਾ ਕਿ ਸਖਸ਼ੀਅਤ ਦੇ ਨਿਰਮਾਣ ਦੇ ਵਿੱਚ ਵੰਸ਼ ਦੇ ਮੁਕਾਬਲੇ ਵਾਤਾਵਰਣ ਦਾ ਬਹੁਤ ਹੀ ਪ੍ਰਭਾਵ ਪੈਂਦਾ ਹੈ ਮੀਨ ਜਿਸ ਤਰ੍ਹਾਂ ਨੇ ਗੱਲਾਂ ਬੱਚਾ ਆਲੇ ਦੁਆਲੇ ਦੇਖੇਗਾ ਸਿੱਖੇਗਾ ਉਹਦੇ ਅਕੋਰਡਿੰਗ ਹੀ ਜਿਹੜਾ ਬੱਚਾ ਹੈ ਉਹਦੀ ਪਰਸਨੈਲਿਟੀ ਡਵੈਲਪਮੈਂਟ ਹੁੰਦੀ ਹੈ ਜੇਕਰ ਬੱਚਾ ਚੰਗਾ ਦੇਖ ਰਿਹਾ ਤਾਂ ਉਹਦੀ ਪਰਸਨੈਲਿਟੀ ਦੇ ਵਿੱਚ ਚੰਗੇ ਗੁਣ ਪੈਦਾ ਹੋਣਗੇ ਤੇ ਜੇਕਰ ਇਧਰ ਉਧਰ ਗਲਤ ਦੇਖ ਰਿਹਾ ਤਾਂ ਬੱਚਾ ਉਹਦੇ ਅਕੋਰਡਿੰਗ ਹੀ ਆਪਣੀ ਡਵੈਲਪਮੈਂਟ ਕਰ ਸਕਦਾ ਹੈ ਹੁਣ ਬੱਚੇ ਦੇ ਵਾਤਾਵਰਣ ਦੀ ਜਾਣਕਾਰੀ ਅਧਿਆਪਕ ਨੂੰ ਹੋਣੀ ਕਿਉਂ ਜ਼ਰੂਰੀ ਹੈ ਸਭ ਤੋਂ ਪਹਿਲਾਂ ਹੈ ਵੀ ਜਿਹੜਾ ਅਧਿਆਪਕ ਆਹੋ ਬੱਚੇ ਦੇ ਵਾਤਾਵਰਣ ਨੂੰ ਧਿਆਨ ਦੇ ਵਿੱਚ ਰੱਖੇ ਹੀ ਬੱਚੇ ਨੂੰ ਜਿਹੜੀ ਅੱਗੋਂ ਗਾਈਡੈਂਸ ਉਹ ਪ੍ਰੋਵਾਈਡ ਕਰ ਸਕਦਾ ਹੈ ਨੈਕਸਟ ਰੁਥ ਬੈਂਡਿਕ ਦੇ ਅਕੋਰਡਿੰਗ ਜਿਹੜੇ ਵਿਅਕਤੀ ਹੈ ਜਨਮ ਤੋਂ ਹੀ ਇੱਕ ਨਿਸ਼ਚਿਤ ਸੱਭਿਆਚਾਰ ਵਾਤਾਵਰਣ ਦੇ ਵਿੱਚ ਰਹਿੰਦਾ ਹੈ ਹੁਣ ਤੁਸੀਂ ਦੇਖੋ ਮੈਂ ਆਪਣੇ ਆਪ ਨੂੰ ਦੇਖਾਂ ਤਾਂ ਅਸੀਂ ਇੱਕ ਫਿਕਸਡ ਜਿਹੜਾ এনवायरमेंट ਹੈ ਸਾਡਾ ਉਹਦੇ ਵਿੱਚ ਅਸੀਂ ਰਹਿ ਰਹੇ ਤੇ ਉਹਦੇ ਅਨਸਾਰੀ ਅਸੀਂ ਆਪਣਾ ਜਿਹੜਾ ਬਿਹੇਵੀਅਰ ਹੈ ਉਹ ਅਸੀਂ ਸ਼ੋਅ ਕਰਦੇ ਆ ਉਹੀ ਅਸੀਂ ਗੱਲਾਂ ਸਿੱਖਦੇ ਆ ਤੇ ਉਹਦੇ ਅਕੋਰਡਿੰਗ ਹੀ ਸਾਡਾ ਕੈਰੈਕਟਰ ਹੁੰਦਾ ਏ ਹੁਣ ਇਹਨਾਂ ਫੈਕਟਸ ਨੂੰ ਜਾਣ ਕੇ ਜਿਹੜਾ ਅਧਿਆਪਕ ਹੋ ਬੱਚੇ ਦੇ ਵਿੱਚ ਆਪਣੀ ਜਿਹੜੀ ਉਹਦੀ ਕਲਚਰਲ ਡਵੈਲਪਮੈਂਟ ਆ ਉਹ ਕਾਰਨ ਦੇ ਵਿੱਚ ਕੰਟਰੀਬਿਊਸ਼ਨ ਦੇ ਸਕਦਾ ਹੈ ਫਿਰ ਸੋਰੈਂਸ਼ੀਅਨ ਸਾਈਕੋਲੋਜਿਸਟ ਨੇ ਕਿਹਾ ਕਿ ਸਿੱਖਿਆ ਦਾ ਜਿਹੜਾ ਉੱਤਮ ਵਾਤਾਵਰਣ ਹੈ ਉਹ ਬੱਚੇ ਦੀ ਬੁੱਧੀ ਮੀਨਸ ਉਹਦਾ ਜਿਹੜਾ ਇੰਟੈਲੈਕਚੁਅਲ ਲੈਵਲ ਹੈ ਤੇ ਉਹਦੇ ਨੌਲੇਜ ਦੇ ਵਿੱਚ ਵਾਧੇ ਦੇ ਵਿੱਚ ਸ਼ਲਾਘਾਯੋਗ ਹਿੱਸਾ ਪਾਉਂਦਾ ਹੈ ਕਿਉਂਕਿ ਜਿਸ ਤਰ੍ਹਾਂ ਦਾ এনवायरमेंट ਮਿਲੇਗਾ ਬੱਚਾ ਉਹਦੇ ਅਕੋਰਡਿੰਗ ਹੀ ਸਿੱਖੇਗਾ ਹੁਣ ਇਹ ਜਦੋਂ ਅਧਿਆਪਕ ਨੂੰ ਪਤਾ ਹੋਵੇ ਤਾਂ ਅਧਿਆਪਕ ਵਿਦਿਆਰਥੀ ਦੇ ਲਈ ਜਿਹੜਾ ਵਧੀਆ ਐਜੂਕੇਸ਼ਨਲ এনवायरमेंट ਆ ਉਹ ਪ੍ਰੋਵਾਈਡ ਕਰ ਸਕਦਾ ਹੈ ਫਿਰ ਹਰ ਸੋਸਾਇਟੀ ਦੇ ਵਿੱਚ ਆਪਣਾ ਇੱਕ ਵਿਸ਼ੇਸ਼ ਵਾਤਾਵਰਣ ਹੁੰਦਾ ਹੈ ਤੇ ਇਸ ਗੱਲ ਦੀ ਜਾਣਕਾਰੀ ਰੱਖਦੇ ਅਧਿਆਪਕ ਸਕੂਲ ਦੇ ਵਿੱਚ ਇੱਕ ਜਿਹੜੀ ਛੋਟੀ ਸੋਸਾਇਟੀ ਦਾ ਰੂਪ ਸਕੂਲ ਨੂੰ ਦੇ ਕੇ ਬੱਚੇ ਨੂੰ ਵੱਡੇ ਸਮਾਜ ਦੇ ਵਿੱਚ ਢਲਣ ਦੇ ਯੋਗ ਬਣਾ ਸਕਦਾ ਹੈ ਅਧਿਆਪਕ ਆਪਣੇ ਵਿਦਿਆਰਥੀਆਂ ਦੀਆਂ ਰੁਚੀਆਂ ਪ੍ਰਵਿਰਤੀਆਂ ਤੇ ਜਿਹੜੇ ਸਮਰੱਥਾਵਾ ਨੇ ਉਹਨਾਂ ਦੇ ਅਨੁਕੂਲ ਵਾਤਾਵਰਣ ਪ੍ਰਦਾਨ ਕਰਕੇ ਉਹਨਾਂ ਨੂੰ ਅੱਗੇ ਵਧਣ ਦੇ ਵਿੱਚ ਵੀ ਜਿਹੜੀ ਹੈਲਪ ਆ ਉਹ ਕਰ ਸਕਦਾ ਹੈ ਅਧਿਆਪਕ ਨੂੰ ਜਦੋਂ ਵਾਤਾਵਰਣ ਬਾਰੇ ਸਮਝ ਹੋਏਗੀ ਤਾਂ ਉਹ ਸਕੂਲ ਦੇ ਅੰਦਰ ਵੀ ਟੁਕਵਾ ਜਿਹੜਾ এনवायरमेंट ਹੈ ਉਹ ਸਿਰਜੇਗਾ ਤੇ ਜਿਹਦੇ ਵਿੱਚ ਉਹਦੇ ਜਿਹੜੇ ਵਿਚਾਰ ਨੇ ਮੀਨਸ ਬੱਚੇ ਦੇ ਵਿਚਾਰ ਨੇ ਉਹ ਆਪਣੇ ਆਪ ਨੂੰ ਸੈਲਫ ਐਕਸਪ੍ਰੈਸ ਕਰ ਸਕੇਗਾ ਤੇ ਵਧੀਆ ਜਿਹੜੀਆਂ ਗੱਲਾਂ ਨੇ ਉਹ ਸਿੱਖ ਸਕੇਗਾ ਤੇ ਅਸੀਂ ਉਹਨਾਂ ਨੂੰ ਜਿਹੜੇ ਉਹਨਾਂ ਦੇ ਰਾਈਟਸ ਨੇ ਉਹਨਾਂ ਦੇ ਨੌਲੇਜ ਵੀ ਪ੍ਰੋਵਾਈਡ ਕਰ ਸਕਦੇ ਹਾਂ ਨੈਕਸਟ ਅਸੀਂ ਗੱਲ ਕਰਾਂਗੇ ਐਜੂਕੇਸ਼ਨਲ ਇਮਪਲੀਕੇਸ਼ਨ ਆਫ ਹੈਰਿਡਿਟੀ ਆਫ এনवायरमेंट ਮੀਨਸ ਵੰਸ਼ ਅਤੇ ਵਾਤਾਵਰਣ ਦੀ ਜਿਹੜੀ ਵਿਦਿਅਕ ਮਹੱਤਤਾ ਹੋ ਕੀ ਹੈ ਪਹਿਲਾ ਹੈ ਗੁਣਸੂਤਰਾਂ ਤੇ ਜੀਨਸ ਦਾ ਗਿਆਨ ਮਿਲਦਾ ਇਹ ਨਾਲ ਕਿ ਕਿਹੜੇ ਕਿਹੜੇ ਜੀਨਸ ਨੇ ਇਹਦੇ ਗੁਣਸੂਤਰ ਕਿਵੇਂ ਮੈਚ ਕਰਦੇ ਆ ਫਿਰ ਇਹ ਜਿਹੜਾ ਟੁਕਮਾ ਵਾਤਾਵਰਣ ਸਿਰਜਿਆ ਜਾ ਸਕਦਾ ਹੈ ਤਾਂ ਜੋ ਜਿਹੜੇ ਬੱਚੇ ਨੇ ਉਹਨਾਂ ਨੂੰ ਅਸੀਂ ਵਧੀਆ ਤਰੀਕੇ ਦੀ ਐਜੂਕੇਸ਼ਨ ਪ੍ਰੋਵਾਈਡ ਕਰ ਸਕੀਏ ਬੱਚੇ ਦੇ ਜਿਹੜੇ ਵਿਅਕਤੀਗਤ ਗੁਣ ਨੇ ਉਦੇ ਇੰਡੀਵਿਜੂਅਲ ਟ੍ਰੇਟਸ ਨੇ ਉਹਨਾਂ ਦੇ ਉੱਪਰ ਧਿਆਨ ਦਿੱਤਾ ਜਾ ਸਕਦਾ ਹੈ ਬੱਚੇ ਦੀ ਜਿਹੜੀ ਬੌਧਿਕ ਸਮਰੱਥਾ ਹੈ ਉਹਦਾ ਜਿਹੜਾ ਇੰਟੈਲੈਕਚੁਅਲ ਕੈਪੈਸਿਟੀ ਆ ਉਹਦੀ ਡਿਵੈਲਪਮੈਂਟ ਕੀਤੀ ਜਾ ਸਕਦੀ ਹੈ ਫਿਰ ਜੇਕਰ ਅਸੀਂ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਗਾਈਡਲਾਈਨਸ ਨੇ ਜਾਂ ਗਾਈਡੈਂਸ ਪ੍ਰੋਵਾਈਡ ਕਰਨੀ ਹੈ ਤਾਂ ਉਹਦੇ ਵਿੱਚ ਅਸੀਂ ਬੱਚਿਆਂ ਦੀ ਅਲੱਗ-ਅਲੱਗ ਤਰ੍ਹਾਂ ਦੀਆਂ ਕੈਪੈਸਿਟੀਆਂ ਉਹਨਾਂ ਦੀਆਂ ਕੈਪੇਬਿਲਿਟੀਆਂ ਇੰਟਰਸਟ ਤੇ ਜਿਹੜੇ ਐਟੀਟਿਊਡ ਵਗੈਰਾ ਦੇਖ ਕੇ ਉਹਨਾਂ ਨੂੰ ਅਸੀਂ ਗਾਈਡ ਕਰ ਸਕਦੇ ਹਾਂ ਫਿਰ ਸਮੱਸਿਆਾਤਮਕ ਬੱਚਿਆਂ ਦੀ ਨਿਸ਼ਾਨਦੇਹੀ ਮੀਨਜ਼ ਜਿਹੜੇ ਬੱਚੇ ਪ੍ਰੋਬਲਮ ਵਾਲੇ ਹੁੰਦੇ ਨੇ ਅਸੀਂ ਉਹਨਾਂ ਨੂੰ ਆਈਡੈਂਟੀਫਾਈ ਕਰ ਸਕਦੇ ਹਾਂ ਅਸਾਧਾਰਨ ਬੱਚਿਆਂ ਦੀ ਸਿੱਖਿਆ ਹੁਣ ਜਿਹੜੇ ਬੱਚੇ ਥੋੜਾ ਐਬਨਾਰਮਲ ਹੁੰਦੇ ਨੇ ਮੀਨਜ਼ ਜੇ ਪੜ੍ਹਨ ਦੇ ਵਿੱਚ ਬਹੁਤ ਬੈਕਵਰਡ ਹੁੰਦੇ ਨੇ ਤਾਂ ਉਹਨਾਂ ਦੀ ਜਿਹੜੀ ਐਜੂਕੇਸ਼ਨ ਦਾ ਅਰੇਂਜਮੈਂਟ ਵੀ ਵੱਖਰੇ ਤੌਰ ਤੇ ਕੀਤਾ ਜਾ ਸਕਦਾ ਹੈ ਫਿਰ ਐਡਜਸਟਮੈਂਟ ਸੰਬੰਧੀ ਜਿਹੜੀ ਸਮੱਸਿਆਵਾਂ ਹਨ ਤੇ ਉਹਨਾਂ ਦੇ ਹੱਲ ਨੇ ਉਹਨਾਂ ਨੂੰ ਵੀ ਲੱਭਿਆ ਜਾ ਸਕਦਾ ਹੈ ਫਿਰ ਬੱਚੇ ਦੀ ਜਿਹੜੀ ਸਮੁੱਚੀ ਹੋਂਦ ਹੈ ਮੀਨਜ਼ ਉਹਦੀ ਪਰਸਨਲ ਹੋਲ ਐਗਜ਼ਿਸਟੈਂਸ ਉਹਨੂੰ ਵੀ ਇਹਦੇ ਦੌਰਾਨ ਅਸੀਂ ਅਕਸੈਪਟ ਕਰ ਸਕਦੇ ਹਾਂ ਕਿਉਂਕਿ ਸਾਰੇ ਬੱਚੇ ਇੱਕੋ ਜਿਹੇ ਨਹੀਂ ਹੁੰਦੇ ਫਿਰ ਇਛਿਤ ਗੁਣਾਂ ਦੇ ਵਿਕਾਸ ਉੱਤੇ ਜ਼ੋਰ ਹਾਂ ਜਿਹੜੇ ਇਛਿਤ ਗੁਣ ਕਿਹੜੇ ਹੁੰਦੇ ਨੇ ਜਿਹੜੇ ਕਿ ਹਰੇਕ ਬੱਚੇ ਦੇ ਵਿੱਚ ਅਸੀਂ ਪੇਰੈਂਟਸ ਵੀ ਚਾਹੁੰਦੇ ਆ ਬੱਚਾ ਵੀ ਚਾਹੁੰਦਾ ਕਿ ਮੇਰੇ ਵਿੱਚ ਹੋਣ ਅਧਿਆਪਕ ਵੀ ਚਾਹੁੰਦਾ ਹੈ ਤਾਂ ਉਹਨਾਂ ਗੁਣਾਂ ਦੇ ਡਿਵੈਲਪਮੈਂਟ ਦੇ ਉੱਪਰ ਜਿਹੜਾ ਜ਼ੋਰ ਇਹ ਦਿੱਤਾ ਜਾ ਸਕਦਾ ਹੈ ਨੈਕਸਟ ਹੈ ਅਸੀਂ ਬੱਚਿਆਂ ਦੇ ਲਈ ਜਿਹੜਾ ਵਧੀਆ ਐਜੂਕੇਸ਼ਨਲ এনਵਾਇਰਨਮੈਂਟ ਹੈ ਉਹ ਤਿਆਰ ਕਰ ਸਕਦੇ ਹਾਂ ਫਿਰ ਵਿਕਾਸ ਨੇ ਜਿਹੜੇ ਟੁਕਵੇਂ ਦਿਸ਼ਾਵਾਂ ਨੇ ਉਹਨਾਂ ਵੱਲ ਅਸੀਂ ਧਿਆਨ ਦੇ ਸਕਦੇ ਹਾਂ ਕਿ ਜਿਹੜੇ ਬੱਚੇ ਨੇ ਉਹਨਾਂ ਦੀ ਜਿਹੜੀ ਵਧੀਆ ਤਰੀਕੇ ਦੀ ਡਿਵੈਲਪਮੈਂਟ ਹੋ ਹੋ ਸਕੇ ਫਿਜ਼ੀਕਲੀ ਵੀ ਮੈਂਟਲੀ ਵੀ ਤੇ ਬਾਕੀ ਅਸੀਂ 올 ਆਊਂਡ ਡਿਵੈਲਪਮੈਂਟ ਦੀ ਵੀ ਗੱਲ ਕਰਦੇ ਹਾਂ ਐਜੂਕੇਸ਼ਨ ਦੇ ਵਿੱਚ ਨੈਕਸਟ ਹੈ ਵੰਸ਼ਨੁਕਰਮ ਦੇ ਸਿਧਾਂਤ ਦਾ ਵਿਕਾਸ ਇਹਦੇ ਬਾਰੇ ਵੀ ਜਿਹੜੀ ਸਾਨੂੰ ਜਾਣਕਾਰੀ ਉਹ ਮਿਲਦੀ ਹੈ ਨੈਕਸਟ ਹੈ ਅਧਿਆਪਕ ਦਾ ਟੁਕਵਾ ਨਿਰਦੇਸ਼ਨ ਜਿਹੜਾ ਅਧਿਆਪਕ ਆ ਉਹ ਸਹੀ ਤਰੀਕੇ ਨਾਲ ਜਿਹੜੇ ਬੱਚੇ ਨੇ ਉਹਨਾਂ ਨੂੰ ਗਾਈਡਲਾਈਨਸ ਪ੍ਰੋਵਾਈਡ ਕਰ ਸਕਦਾ ਹੈ ਡੀਅ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਨੈਕਸਟ ਵੀ